ਗੁਰਾਇਆ ਇਲਾਕੇ ਅੰਦਰ ਲੁਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਲੁਟਖੋਹ ਦਾ ਤਾਜ਼ਾ ਮਾਮਲਾ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਗੁਹਾਵਰ ਤੋਂ ਸਾਹਮਣੇ ਆਇਆ, ਜਿੱਥੇ ਲੁਟੇਰਿਆਂ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਕੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਕੁਮਾਰ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਗੁਹਾਵਰ ਨੇ ਦੱਸਿਆ ਕਿ ਉਹ ਲੁਧਿਆਣਾ ਵਿਖੇ ਕੰਮ ਕਰਦਾ ਹੈ ਅਤੇ ਬੀਤੀ ਰਾਤ 8:30 ਵਜੇ ਦੇ ਕਰੀਬ ਉਹ ਕੰਮ ਤੋਂ ਵਾਪਸ ਆਪਣੇ ਪਿੰਡ ਨੂੰ ਆ ਰਿਹਾ ਸੀ। ਜਦ ਉਹ ਰੇਡੀਓ ਸਟੇਸ਼ਨ ਨਜ਼ਦੀਕ ਪੁੱਜਾ ਤਾਂ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਦਾ ਪਿੱਛਾ ਕਰਕੇ ਉਸਦੇ ਮੋਟਰਸਾਈਕਲ 'ਚ ਆਪਣਾ ਮੋਟਰਸਾਈਕਲ ਮਾਰ ਕੇ ਉਸਦੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਪੀੜਿਤ ਵਿਅਕਤੀ ਨੇ ਦੱਸਿਆ ਕਿ ਉਸਨੇ ਆਪਣੇ ਬਚਾਅ ਲਈ ਉਕਤ ਲੁਟੇਰਿਆਂ ਨਾਲ ਕਾਫੀ ਸਮਾਂ ਹੱਥੋਂ ਪਾਈ ਵੀ ਕੀਤੀ। ਇਸ ਦੌਰਾਨ ਲੁਟੇਰੇ ਉਸਨੂੰ ਜ਼ਖਮੀ ਕਰਕੇ ਉਸ ਪਾਸੋਂ ਇੱਕ ਮੋਬਾਈਲ ਫੋਨ, ਇੱਕ ਕੱਪੜਿਆਂ ਵਾਲਾ ਲਿਫਾਫਾ ਲੈ ਕੇ ਫਰਾਰ ਹੋ ਗਏ। ਉਸਨੇ ਦੱਸਿਆ ਕਿ ਲੁਟੇਰੇ ਉਸਦਾ ਮੋਟਰਸਾਈਕਲ ਖੋਹਣ ਦੀ ਵੀ ਕੋਸ਼ਿਸ਼ ਕਰ ਰਹੇ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਕਤ ਵਾਰਦਾਤ ਤੋਂ ਬਾਅਦ ਪੀੜਿਤ ਵਿਅਕਤੀ ਥਾਣਾ ਗੁਰਾਇਆ ਵਿਖੇ ਗਿਆ। ਪੀੜਿਤ ਦੇ ਦੱਸਣ ਮੁਤਾਬਕ ਥਾਣਾ ਗੁਰਾਇਆ 'ਚ ਉਸਦੀ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਗੁਰਾਇਆ ਪੁਲਿਸ ਮੌਕਾ ਦੇਖਣ ਪੁੱਜੀ। ਭਾਅ ਜੀ, ਮੈਂ ਕੰਮ ਤੋਂ ਆ ਰਿਹਾ ਸੀ ਰਾਤ ਨੂੰ 8, ਰਾਜਕੁਮਾਰ ਮੇਰਾ ਨਾਮ ਹੈ, ਪਿੰਡ ਗੁਹਾਵਰ ਹੈ, ਡਿਸਟ੍ਰਿਕਟ ਜਲੰਧਰ। ਮੈਂ ਕੰਮ ਤੋਂ ਆ ਰਿਹਾ ਸੀ ਰਾਤ ਨੂੰ 8:30 ਤੋਂ 9:15 ਦੇ ਵਿੱਚ ਮੇਰੇ ਨਾਲ ਵਾਰਦਾਤ ਹੋਈ ਹੈ। ਰੇਡੀਓ ਸਟੇਸ਼ਨ ਤੋਂ ਮੇਰੇ ਮਗਰ ਪਏ ਮੁੰਡੇ 3 ਸੀ ਜੀ, ਮੂੰਹ ਬੰਨੇ ਸੀ, ਕੈਪਰੀਆਂ ਪਾਈਆਂ ਸੀ, ਟੀ ਸ਼ਰਟਾਂ ਸੀ ਧਾਰੀ ਵਾਲੀਆਂ ਸੀ, ਇੱਕ ਬਲੈਕ ਸੀਗੀ, ਇੱਕ ਵਾਈਟ ਸੀ, ਇੱਕ ਨਹੀਂ ਮੈਂ ਪਛਾਣਿਆ। ਉਹਨੇ ਮੈਨੂੰ ਆਉਂਦਿਆਂ ਨੂੰ ਘੇਰਿਆ, ਮੇਰੇ ਮੋਟਰਸਾਈਕਲ ਮਾਰਿਆ, ਸਾਡਾ ਰਸਤਾ ਹੈਗਾ, ਮੋੜ ਮਾਉਣ ਲੱਗਾ ਸੀ। ਉਹਨੇ ਮੋੜ ਤੋਂ ਵਾਪਸ ਲਿਆ ਕੇ ਮੇਰੇ ਮੋਟਰਸਾਈਕਲ 'ਚ ਮਾਰਿਆ ਆਪਣਾ ਮੋਟਰਸਾਈਕਲ, ਆਉਂਦੇ ਦੇ ਮੇਰੇ ਦਾਤ ਮਾਣ ਲੱਗ ਗਏ। ਕੋਈ ਮੈਨੂੰ ਮੌਕਾ ਨਹੀਂ ਦਿੱਤਾ, ਮੈਂ ਹੱਥੋਂ ਪਾਈ ਵੀ ਉਹਨਾਂ ਦੇ ਨਾਲ ਹੋਇਆ, ਮੈਂ ਆਪਾਂ ਨੂੰ ਜਾਨ ਬਚਾਉਂਦਾ ਰਿਹਾ ਉਹਨਾਂ ਤੋਂ, ਸੱਟ ਚੋਟ ਤੋਂ ਵੀ ਮੈਂ ਉਹਨਾਂ ਦੇ ਮਾਰੀਆਂ ਵੀ, ਮੈਂ ਵੀ ਮਾਰੀਆਂ ਸੱਟਾਂ ਵੀ ਉਹਨਾਂ ਦੇ, ਮੈਂ ਵੀ ਮਾਰੀਆਂ, ਉਹ ਵੀ ਮੇਰੇ ਮਾਰੀਆਂ, ਬਾਈਕ ਦੀ ਚਾਬੀ ਵੀ ਮੈਂ ਕੱਢਦਾ, ਮੇਰੀ ਬਾਈਕ ਵੀ ਚੱਕਦੇ ਸੀ ਉਹ, ਪਰ ਨਹੀਂ ਮੈਂ ਚੱਕਣ ਨਹੀਂ ਦਿੱਤੀ ਉਹਨਾਂ ਨੂੰ। ਮੇਰੇ ਮਗਰ ਵੀ ਕੋਈ ਨਹੀਂ ਆਇਆ, ਉਹ ਰਸਤਾ ਸਾਡਾ ਸਾਨੂੰ ਆਸਾਨ ਹੈ। ਥਾਣੇ ਅਸੀਂ ਗਏ ਸੀ, ਥਾਣੇ ਉਹਨੀ ਸਾਡੀ ਕੋਈ ਨਹੀਂ ਕਾਰਵਾਈ, ਸਾਡੀ ਸੁਣੀ ਨਹੀਂ ਉਸੇ ਵੀ, ਉਹ ਵੀ ਕਹਿੰਦੇ ਸਵੇਰੇ ਬਿਆਨ ਲਵਾਂਗੇ ਸਾਡੇ ਉੱਥੇ ਵੀ ਕੋਈ ਸੁਣਵਾਈ ਨਹੀਂ।